नहीं सुख दीदी तुम मेनु गल दसो हा भी चाची वाली हद नहीं हुई वे की होया जी नहीं की कहंदी ओनु अमृत नु भी मैं बुढ़ी हां मेनू नहीं पता कदों कह के गए आ नहीं हुण ओनु कहण लगे कहंदे हाडी सुख नहीं आणी ते तुहाडे तों मेनू तुहानू पता ही है भी मैं किन्नी निक्की आ नहीं सानू ओ बुढ़िया नु करके व्याह के लियांदा सानू भी ते न्याणियां व्याह के लियांदा है मेरे नाल नहीं जी पर कोई गल ही ना मेनू की गल दा पता ही है नहीं तो फिर अपनी मम्मी नु समझाया करो ना फिर इदां ना गल्लां करया करे ला ला के चल आउंदी मम्मी मैं करदी गल मैनूं ते आप नहीं पैणा नाल लैके गई मैं ते आप नवां सूट सवाया जे कोई बीमार हो गया ते इहदा मतलब इह थोड़ी मैनूं गल्लां करे तुसी नहीं बीमार हुंदे हुण तुसी वी साडे नाल इक्को ही काम करदे पोचे ला के रजाई च बैंदे साडी जे नहीं मम्मी हैगी ते अहीं आप ही करना चल मेरी जठाणी कर लैंदी है आ गल थोड़ी होई वी गल्लां ही करी जाओ अगले नूं चल आउंदी मैं पुछदी मैं तुहानूं दस्सण दी मैं तैयार होई तुहाडे वल वेख के मनप्रीत दीदी चली मैं चल जांदी आं मैनूं ते आप नहीं नाल खड़िया नवां सूट सवाया ही मैं मेरे नूं पनीर वाले पकौड़े खाण दा इन्ना मन नहीं मैं चल उत्थे जा के खाऊंगी मैनूं अपनी तों पता लगदा की कहिंदे की नहीं आ गल्लां करन वालियां थोड़ी जिहड़ी चाची करदी आ फिर तुहानूं होर कह के मैनूं प्यार नाल पोचे पा पा के घरे छड्ड गए आप चल गए आ आप उत्थे बैठे पकौड़े खाण डे होणे आ मेरा दो ही थाई रखदी आ चाची बहुत चलाक आ तुहानूं नहीं पता चाची इदां ही करदी आ चल आउंदी पुछदी भला मम्मी नूं मैं की गल करके गई नहीं ओह मैनूं ते अमृत ने आके दस्सिया भी भाभी नूं इदां कहण डे ही मेरे सामने नहीं हुई मैं अंदर मुंडे नूं सवाउण डई ना फतेह नूं ਤਾਂ ਕਰਕੇ ਮੇਰੇ ਸਾਹਮਣੇ ਨਹੀਂ ਗੱਲ ਹੋਈ ਨਹੀਂ ਪਰ ਇਦਾਂ ਥੋੜੀ ਨਾ ਕਹਿਣਾ ਚਾਹੀਦਾ ਵਾ ਭਾਬੀ ਤੂੰ ਤੇ ਆ ਕੇ ਲੜਨ ਹੀ ਲੱਗ ਪਈ ਆ ਆ ਚੱਲ ਚੱਲੀਏ ਘਰ ਨਹੀਂ ਤੇ ਲੜਾ ਨਾ ਤੇ ਕੀ ਕਰਾਂ ਪੁੱਛਣਾ ਤੇ ਹੈ ਹੀ ਆ ਨਾ ਹੁਣ ਕੋਈ ਗੱਲ ਨਹੀਂ ਮੈਂ ਆਪੇ ਪੁੱਛ ਲਾਂ ਚੱਲ ਤੂੰ ਘਰ ਤੂੰ ਅੱਗੇ ਨਹੀਂ ਠੀਕ ਹੈਗੀ ਚੱਲ ਜਾ ਉੱਠ ਇਹ ਪੁੱਛੂਗੀ ਵੱਡੀ ਚਾਹ ਕੁਛ ਨਹੀਂ ਭਾਬੀ ਉਹ ਜਿਹੜੀ ਚਾਚੀ ਆ ਉਹ ਗੱਲਾਂ ਕਰਨ ਡਈ ਸੀ ਕੀ ਕਹਿੰਦੀ ਚਾਚੀ ਕੁਛ ਨਹੀਂ ਉਹ ਇੱਕ ਦੂਜੇ ਬਾਰੇ ਗੱਲਾਂ ਕਰਨ ਡਈ ਆ ਮਨਪ੍ਰੀਤ ਭਾਬੀ ਤੇ ਚਾਚੀ ਵੀ ਤੇਰੀ ਨੂੰਹ ਕਿਹੜਾ ਨਿਆਣੀ ਸਿਆਣੀ ਆ ਤੇ ਉਹ ਕਿਰਨ ਵੱਲੋਂ ਵੀ ਭਾਬੀ ਵੱਲੋਂ ਇਹ ਤੇ ਬਿਮਾਰ ਹੀ ਰਹਿੰਦੀ ਆ ਨਿਆਣੀ ਆ ਤੇ ਤੂੰ ਕਿਹਨੂੰ ਦੱਸਦਾ ਜਾ ਕੇ ਮੈਂ ਭਾਬੀ ਨੂੰ ਹਾਏ ਹਾਏ ਨੀ ਭੋਲੀਏ ਇਹ ਲੜਾਈ ਵਾਲੀ ਗੱਲ ਤੂੰ ਕਿਉਂ ਦੱਸਿਆ ਜਾ ਕੇ ਕਿਰਨ ਨੂੰ ਤੇ ਲੈ ਭਾਬੀ ਮੈਂ ਲੜਾਈ ਥੋੜੀ ਪਵਾਈ ਆ ਉਹ ਗੱਲ ਤੈਨੂੰ ਮਨਪ੍ਰੀਤ ਸਮਝਾਉਂਦੀ ਵੀ ਰਹਿੰਦੀ ਵੀ ਇੱਧਰ ਦੀ ਗੱਲ ਉੱਧਰ ਨਹੀਂ ਦੱਸੀ ਦਿੰਦੀ ਤਾਂ ਲੜਾਈ ਪੈਂਦੀ ਆ ਘਰ 'ਚ ਜਾ ਭਾਬੀ ਤੂੰ ਤੇ ਮਨਪ੍ਰੀਤ ਭਾਬੀ ਦੀ ਸਾਈਡ ਲੈਣ ਡਈ ਉਹ ਵੀ ਤੇ ਤੇਰੇ ਬਾਰੇ ਗੱਲਾਂ ਕਰਨੀ ਡਈ ਹਾਏ ਉਹ ਕਿ ਮੇਰੇ ਵੱਲੋਂ ਗੱਲਾਂ ਕਰਨ ਡਈ ਸੀ ਉਹ ਵੀ ਇੱਦਾਂ ਹੀ ਨਿਆਣੀ ਸਿਆਣੀ ਗੱਲਾਂ ਕਰਨ ਡਈ ਵੀ ਕੀ ਆਂਦੀ ਸੀ ਮੇਰੇ ਵੱਲੋਂ ਇਹ ਅਹੇ ਇੱਦਾਂ ਮੇਰੇ ਮੂੰਹ ਤੇ ਬੜੀ ਚੰਗੀ ਬਣਦੀ ਮਨਪ੍ਰੀਤ ਤੇ ਮਗਰੋਂ ਮੇਰੇ ਵੀ ਤਮਰੇ ਹੀ ਕਰਦੀ ਹੈ ਗੱਲਾਂ ਕਰਦੀ ਹੈ ਨਾ ਉਹ ਚਾਚੀ ਨਾਲ ਡਈ ਹੈ ਗੱਲਾਂ ਕਰਨ ਜੇ ਮਨਪ੍ਰੀਤ ਦਾ ਵੀ ਕੁਛ ਹਾਲ ਨਹੀਂ ਹੈ ਮੈਂ ਉਹਨੂੰ ਇੰਨੀ ਚੰਗੀ ਸਮਝਣ ਡਈ ਤੇ ਮੇਰੇ ਵੱਲੋਂ ਵੀ ਡਈ ਹੈ ਆ ਲੈਂਦੇ ਉਹਨੂੰ ਮੈਂ ਪੁੱਛਦੀ ਹਾਂ ਨਾ ਜਰੀ ਕਪਲ ਭਾਬੀ ਤੁਸੀਂ ਤਾਂ ਲੜਦੀਆਂ ਰਹਿੰਦੀਆਂ ਇੱਥੇ ਲੜਨ ਵਾਲੀ ਕਿਹੜੀ ਗੱਲ ਲੜਨ ਵਾਲੀ ਗੱਲ ਨਹੀਂ ਹੈ ਅੱਛਾ ਜਦੋਂ ਮੇਰੇ ਵੱਲੋਂ ਕਹਿਣ ਡਈ ਪਰ ਮੈਂ ਤੈਨੂੰ ਚੰਗੀ ਬੜੀ ਸਮਝਣ ਡਈ ਆ ਭਾਬੀ ਤੂੰ ਤਾਂ ਲੜਦੀਆਂ ਰਹਿ ਕੇ ਮੈਂ ਚੱਲੀ ਹਾਂ ਆਹ ਹੁਣ ਤੂੰ ਚੱਲ ਜਾ ਮੈਨੂੰ ਦੱਸ ਕੇ ਮੈਨੂੰ ਤੇ ਅੱਗ ਲੱਗੀ ਨਾ ਇੱਥੇ ਬੈਠੀ ਬੈਠੀ ਨੂੰ ਦੱਸ ਕਿਤੇ ਆਪ ਗਾਂ ਗਈ ਆ ਹੁਣ ਤੂੰ ਮੈਂ ਇੱਥੇ ਬੈਠੀ ਤਪਦੀ ਰਵਾਂ ਹੁਣ ਸੋਚ ਸੋਚ ਕੇ ਵੀ ਪਤਾ ਨਹੀਂ ਕੀ ਕਹਿ ਗਈ ਮਨਪ੍ਰੀਤ ਮੇਰੇ ਵੱਲੋਂ ਹਾਂ ਹਾਂਜੀ ਜੀ ਚੱਲ ਪੀਆਂ ਆਓ ਮੈਂ ਕੋਮਲ ਘਰ ਚੱਲੀ ਕੀ ਕਰਨ ਉਦਾਂ ਹੀ ਤਾਂ ਮੂੰਹ ਉਟਕਿਆ ਉਦਾਂ ਹੀ ਹਾਂ ਕੰਮ ਨਾ ਗਾਇਆ ਕਰ ਨਾ ਕਰੇ ਨਾ ਕਰੇ ਤੂੰ ਨਿਆਣੀ ਅਜੇ ਹੈਗੀ ਆ ਜ਼ਰੂਰੀ ਆ ਉਦਾਂ ਹੀ ਮੈਂ ਫੜ ਕੇ ਲਾ ਲਈ ਨਾਲੇ ਬਾਤ ਤੁਰੀ ਫੇਂਡੀ ਚਾਚੀ ਤੇ ਗੱਲਾਂ ਕਰਨੀਆਂ ਨਾ ਸਮਝਾਉਂਦੇ ਤੇ ਨਾ ਸਾਡੇ ਸਿੱਤੇ ਮਾਂ ਪਿਓ ਆ ਤੇ ਫਿਰ ਕਿਉਂ ਲਵੀ ਸੱਚੀ ਘਰ ਚੱਲੀ ਉਹਨਾਂ ਹੀ ਗੱਲਾਂ ਕਰਨੀਆਂ ਕੁੜੀ ਕੁੜੀ ਨੂੰ ਸਮਝਾਉਂਦੇ ਨਹੀਂਗੇ ਕਿਤੇ ਨਹੀਂ ਉਹਨਾਂ ਕਹਿੰਦਾ ਭਾਬੀ ਮੈਨੂੰ ਕਮੀਆਂ ਜੇ ਸਮਝਾਉਂਦੀ ਨਹੀਂ ਹੈਗੀਆਂ ਆ ਮੇਰਾ ਪੁੱਤ ਲਾ ਇਹਨੂੰ ਇੱਦਾਂ ਨਾ ਕਰਿਆ ਕਰ ਵੀ ਤੂੰ ਬੜਾ ਹੈਗਾ ਵੈ ਹੈ ਕੀ ਹੋ ਗਿਆ ਵਾ ਭਾਬੀ ਹੁਣ ਉਹਨੇ ਕਦੀ ਰੋਕਿਆ ਲਿਪਸਟਿਕ ਲਾਉਣ ਤੋਂ ਤੇ ਮੈਂ ਮਾੜੀ ਜੀ ਲਾਈ ਤੇ ਰੋਕਤਾ ਵਾ ਉਹ ਵਿਆਹੀ ਆ ਤੂੰ ਕੁਵਾਰੀ ਆ ਤੂੰ ਲੈ ਫਿਰ ਕਿਉਂ ਲਵੀਰ ਮਾੜੀ ਜੀ 5 ਰੁਪਏ ਦੀ ਲਿਪਸਟਿਕ ਨਹੀਂ ਲਾਈ ਮੈਂ ਨਾ ਗੱਲ 5 ਰੁਪਏ ਦੀ ਨਾ 200 ਰੁਪਏ ਦੀ ਆ ਬਹੁ ਜੋ ਤੂੰ ਤੇ ਵਿਆਹ ਹੋ ਗਿਆ ਤੂੰ ਲਾ ਲਿਆ ਕਰੀ ਹੁਣ ਤੂੰ ਨਹੀਂ ਚੰਗੀ ਲੱਗਦੀ ਅੱਜ ਦੀ ਤੇ ਵੀਰ ਲਾਉਂਦੀਆਂ ਆਂ ਕੁੜੀਆਂ ਵੀ ਉਹ ਨਹੀਂ ਕੁਵਾਰੀਆਂ ਕੁੜੀਆਂ ਲਾਉਂਦੀਆਂ ਚੰਗ ਆ ਤੇ ਨਾ ਸ਼ਿਰਕ ਪੋਣਾ ਪੀਂਦਾ ਵਾ ਆਪ ਕਿੱਡੀ ਕਿੱਡੀ ਗਾੜੀ ਭਾਬੀ ਲਿਪਸਟਿਕ ਲਾਉਂਦੀ ਆ ਜਦੋਂ ਮੈਂ ਲਾਉਂਦੀ ਆ ਤੇ ਮੈਨੂੰ ਕਿਤੇ ਲਾਉਣ ਹੀ ਨਹੀਂ ਦਿੰਦੇ ਵੀ ਆਪਣੀਆਂ ਨੂੰ ਕਿਹਾ ਨਹੀਂ ਜਾਂਦਾ ਫਿਰ ਕਿਉਂ ਜੇ ਮੈਂ ਮਾੜੀ ਜੀ ਲਾ ਲਈ ਤੇ
कोई गल नहीं, जो मेरा विआह होगा ना मैं उदो होर गाड़ी लाया करूँगी। चंगा भला कत्तियां दे रौले नहीं रोटी तो देनी पैनी, जिन्हें काम करना रोटी खवा लेनी पैनी काम नहीं करता हूं मैं वेखन डिया ना कर नहीं डिया मेनू पता लगन डिया किन्ना करना पैंदा किन्ना नहीं अमृत भोली पाली अमृत तू मूह वेख के गल कर दनी है बस भोली है ताई दस के जांदी चलाक हो चलाकियां दसे ही ना मनप्रीत नूं मैं इन्नी चंगी समझदी मैं वड्डी दीदी है वड्डी दीदी है अमृत ने दसिया मनप्रीत इदा तेरे खिलाफ गल्लां करन डई है पी ओ न्याणी स्याणी बनदी आ ओ जे चुगली नी कहिंदे सच बोलदी ओनू चुगली नी कहिंदे तुसीं ओहदे दुआले ना होया करो हर वेले भोली भाली जी आ एवें गल्लां इन्नियां नहीं करी दीआं इहदीआं मैं ओहदी थोड़ी गल करन डई मैं तां तुहानूं दस्सण आई मनप्रीत वल्लों वी मैं ओहनूं जिन्नी चंगी समझदी ओह वी मेरे खिलाफ हुण गल्लां करदी चल घरां दी लड़ाई खतम करो परां ते जाके तू अपना काम कर तुसीं तां तुहाडे नाल तां गल करनी 90 दा घाटा जे मैं मम्मी नहीं करदी ओही मेरी गल सुनदी तुहाडे नाल तां मैं ओदा ही गल करनी वी चल सारी गल दसदी वी तुहाडे मगरों गल इदां होया चल मैं काम करना तू जान लगे तू मैं काम करना जेहड़ा काम करो जेहड़ा काम करना तुसीं तुसीं ने मेरी सुनी कोई ਉਹਨੂੰ ਵੱਡੇ ਗਏ ਪੱਠੇ ਵੱਡਣ ਡਿਆ ਚਾਚਾ ਵੜ ਲਾ ਵੜ ਲਾ ਨਾਲੇ ਸੱਚ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਚੰਗੀ ਕਰੀ ਚੰਗੀ ਕੀ ਕਰਾਂਗਾ ਚੰਗੀ ਹੋਏਗੀ ਤੇ ਕਰਾਂਗਾ ਕਿਉਂ ਹੁਣ ਕੱਲ ਵੇ ਸਾਰੀ ਦਿਹਾੜੀ ਮੈਂ ਭੁੱਖਾ ਰਿਹਾ ਭੋਗ ਵਾਲੇ ਘਰੋਂ ਮੈਂ ਰੋਟੀ ਖਾ ਕੇ ਆਇਆ ਹਾਂ ਰੋਟੀ ਤੇ ਕੋਈ ਮੈਨੂੰ ਪੁੱਛਦਾ ਨਹੀਂ ਤੇ ਰੋਟੀ ਫੜਾਉਂਦੀਆਂ ਨਹੀਂ ਕੀ ਕਿੱਥੇ ਫੜਾਉਂਦੀਆਂ ਵਾ ਜਦੋਂ ਤੁਸੀਂ ਕਿਹਾ ਖਾ ਕੇ ਆ ਆਹੋ ਤੇ ਮੈਂ ਗਿਆ ਚਾਚੀ ਕੋਲ ਚਾਚੀ ਮੈਨੂੰ ਆਉਂਦੀ ਅੱਜ 31 ਤਰੀਕ ਆ ਅੱਜ ਤੇ ਸਾਡੇ ਵੱਲ ਰੋਟੀ ਨਹੀਂ ਉਧਰੋਂ ਖਾ ਲਾ ਮੈਂ ਉਧਰ ਗਿਆ ਤੇ ਉਹ ਕਹਿੰਦੀਆਂ ਅਸੀਂ ਅੱਡਾ ਤੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਕਾਈਆਂ ਹੀ ਨਹੀਂ ਉਹਨਾਂ ਨੂੰ ਕੜੀ ਹੀਦਾਂ ਕਹਿਤਾ ਉਹਨਾਂ ਨੇ ਵੀ ਇੱਦਾਂ ਕਿਹਾ ਮੈਂ ਸਾਰੀ ਦਿਹਾੜੀ ਭੁੱਖਾ ਰਿਹਾ ਜੇ ਭੋਗ ਵਾਲੇ ਘਰ ਨਾ ਮਿਲ ਜਾਂਦਾ ਤੇ ਮੈਂ ਤਾਂ ਮਰ ਜਾਣਾ ਭੁੱਖਾ ਹੋ ਤੇ ਤੁਸੀਂ ਇੱਦਾਂ ਕਰੋ ਵੀ ਜੇ ਨਹੀਂ ਰੋਟੀ ਖਵਾ ਸਕਦੀਆਂ 4-5 ਜਣੀਆਂ ਇੱਕੋ ਜਿਹੀਆਂ ਹੈਗੀਆਂ ਇਹ ਤੇ ਮੇਰੀ ਜ਼ਮੀਨ ਦੇ ਦਿਉ ਤੇ ਮੇਰਾ ਘਰ ਬਣਾ ਕੇ ਦਿਉ ਤੇ ਰਿਸ਼ਤਾ ਕਰਾ ਦਿਉ ਮੇਰੀ ਰੋਟੀ ਪੱਕਦੀ ਹੋਏ ਮੈਂ ਭੁੱਖਾ ਥੋੜ੍ਹੀ ਮਰਨਾ ਚੱਲ ਨਹੀਂ ਕੋਈ ਨਹੀਂ ਪੁੱਤਾ ਤੂੰ ਤਾਂ ਸਾਡੇ ਘਰ ਦਾ ਮੈਂਬਰ ਵਾ ਇਹ ਥੋੜ੍ਹੀ ਗੱਲ ਹੈਗੀ ਆ ਮੈਂਬਰਾਂ ਨਾਲ ਇੱਦਾਂ ਥੋੜ੍ਹੀ ਕਰਦੇ ਚਾਚਾ ਕੋਈ ਨਾ ਆਊਗਾ ਨਾ ਤਾਂ ਕੋਈ ਨਾ ਕੋਈ ਵੇਖ ਲੈਂਦੇ ਆ ਤੈਨੂੰ ਬਣਾ ਕੇ ਦਿੰਦੇ ਮਕਾਨ ਅਤੇ ਕੋਈ ਨਾ ਕੋਈ ਲੱਭਦੇ ਆ ਰਿਸ਼ਤਾ ਕੋਈ ਨਾ ਕੋਈ ਤੇਰੇ ਵਾਸਤੇ ਵੀ ਯਾਰ ਕੀ ਕਰਨਾ ਫਿਰ ਕਰਾਓਗੇ ਮੈਂ ਭੁੱਖਾ ਥੋੜ੍ਹੀ ਮਰਨਾ ਇਸ ਹਿਸਾਬ ਨਾਲ ਤਾਂ ਮੈਂ ਭੁੱਖਾ ਹੀ ਮਰ ਜੂ ਨਹੀਂ ਨਹੀਂ ਭੁੱਖਾ ਕਿਉਂ ਮਰਨਾ ਚਲੋ ਜੇ ਨਹੀਂ ਕਰਾ ਸਕਦੇ ਤਾਂ ਫਿਰ ਮੈਂ ਹੋਰ ਕਿਸੇ ਨੂੰ ਕਹਿ ਦਿੰਦਾ ਬਥੇਰੇ ਕਰਾਉਣ ਵਾਲੇ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਪੁੱਤ ਕਰਦਾ ਗੱਲ ਯਾਰ ਚੰਗੀ ਗੱਲ ਹੀ ਉਹ ਸਾਡੀਆਂ ਜਨਾਨੀਆਂ ਦੀ ਇਹਨਾਂ ਨੇ ਰੋਟੀ ਨਹੀਂ ਪੁੱਛਣ ਡਈਆਂ ਇਹਦੇ ਬੜਾ ਕੰਮ ਖਰਾਬ ਹੋਣਾ ਨਾਲੇ ਥੱਲਿਓਂ ਪੈਰੀ ਚਲੀ ਜਾਣੀ ਆ ਨਾਲੇ ਵਾਧੂ ਦਾ ਇਹ ਕੰਮ ਕਰਨ ਡਿਆ ਸੀ ਇਹਨਾਂ ਚੰਗੀ ਗੱਲ ਕੀਤੀ ਰੋਟੀ ਤੋਂ ਹੀ ਇੱਕ ਬੰਦਾ ਭੁੱਖਾ ਮਾਰ ਦੇਣਾ ਇਹਨਾਂ ਨੇ ਹੁਣ ਕਰਾਂ ਤਾਂ ਕਰਾਂ ਮੈਂ ਕੀ ਉੱਧਰ ਵਾ ਅਤੇ ਉੱਧਰ ਵੀ ਉਹ ਨੌਵਾਂ ਹੀ ਆ ਅਤੇ ਨੌਵਾਂ ਨੂੰ ਮੈਂ ਹੁਣ ਕੀ ਆਖਾਂ ਅਤੇ ਦਵਿੰਦਰ ਨੂੰ ਵੀ ਮੈਂ ਕੀ ਆਖਾਂ ਹੁਣ ਉਹ ਗੱਲ ਵੀ ਬੰਦਾ ਰੋਟੀ ਖਵਾਉਣੀ
ਭੁੱਖਾ ਰਹਿਣਾ ਚਾਹੀਦਾ। ਹੋਰ ਤਾਂ ਚਲੋ ਕੰਮ ਤਾਂ ਇੱਦਾਂ ਹੁੰਦੇ ਰਹਿਣੇ ਆ, ਅਤੇ ਜੇ ਹੁਣ ਇਹਨੇ ਬਾਹਰੋਂ ਕਿਸੇ ਨੇ ਕੋਈ ਰਿਸ਼ਤਾ ਕਰਾ ਦਿੱਤਾ, ਇਹਦਾ ਵਿਆਹ ਹੋ ਗਿਆ, ਇਹਨੇ ਜ਼ਮੀਨ ਵੀ ਆਪਣੀ ਲੈ ਲੈਣੀ ਆ, ਅਤੇ ਇਹਨੇ ਅੱਡ ਬਾਰਾ ਵੀ ਹੋ ਜਾਣਾ ਸਾਡੇ ਨਾਲੋਂ, ਅਤੇ ਕੰਮ ਸਾਡਾ ਕੌਣ ਕਰੂ, ਸਾਡਾ ਤਾਂ ਕੰਮ ਰੋਕ ਜਾਣਾ ਸਾਰਾ ਹੀ। ਚੱਲ ਕਰਦਾ ਗੱਲ ਇਹਨਾਂ ਨਾਲ ਕੀ ਕਹਿੰਦੀਆਂ ਇਹਦੀ। ਮੰਮੀ ਜਦੋਂ ਤੁਸੀਂ ਕੱਲ ਭੋਗ ਤੇ ਗਏ ਸੀ, ਹਾਂ, ਤੇ ਮਗਰੋਂ ਕਿਰਨ ਮੇਰੇ ਨਾਲ ਲੜਨ ਆਈ ਸੀ। ਕਿਉਂ? ਵੀ ਮੰਮੀ ਆਂਦੀ ਤੇਰੀ ਗੱਲਾਂ ਇਦਾਂ ਮੈਨੂੰ ਕਰਦੀ ਆ ਵੀ ਨਿਆਣੀ ਸਿਆਣੀ ਨਹੀਂ ਆਏ, ਉਹ ਇਹਨੂੰ ਵੀ ਜਾਣਾ ਚਾਹੀਦਾ। ਅਮਰ ਤੇ ਮੈਨੂੰ ਦੱਸ ਕੇ ਗਈ ਸਾਰੀ ਗੱਲ, ਮਨਪ੍ਰੀਤ ਵੀ ਮੈਨੂੰ ਬੜੀਆਂ ਪਿੱਛੋਂ ਗੱਲਾਂ ਕਰਦੀ, ਮੈਂ ਤੈਨੂੰ ਚੰਗੀ ਬੜੀ ਸਮਝਦੀ ਸੀ। ਲੋੜਾ ਮੈਂ ਘਰੋ ਜੇ ਪਿਆਰ ਪੁੱਟਿਆ ਤੈਨੂੰ ਉਸੇ ਡੈਪੀਆਂ ਦੱਸ, ਕਿਰਨ ਉਹਦਾ ਉਸੇ ਟਾਈਮ ਤੇ ਹੇਖੇ ਨਹੀਂ ਗਏ ਹੁਣ, ਉਹ ਲੜਨ ਆ ਗਈ ਮੇਰੇ ਨਾਲ। ਓਦਾਂ ਕਿਰਨ ਬਿਮਾਰ ਵਾ ਤੇ ਲੜਾਈ ਨੂੰ ਬੜੀ ਛੇਤੀ ਆ ਗਈ ਹੈ ਭੱਜੀ, ਲੜਦਿਆਂ ਤੇ ਉਹਦਾ ਲੱਗਾ ਨਹੀਂ ਪਈ ਬਿਮਾਰ। ਹੈ ਲੋੜਾ ਹੁਣ ਮੈਂ ਕਿਹਨੂੰ ਪੁੱਛਿਆ, ਮਨਪ੍ਰੀਤ ਨੂੰ ਪੁੱਛਦੀ ਫਿਰ ਵੀ ਤੇਰਾ ਸਾਡੇ ਨਾਲ ਕਾਹਦਾ ਵਾ, ਇੱਕ ਤੇ ਸਿਆਪਾ ਤੇਰੇ ਪਿਓ ਦਾ ਵੀ ਹੋਇਆ ਵਾ, ਇਕੱਠੇ ਘਰ ਬਣਾ ਲਏ ਜਿਹੜੇ ਲਾਗੋ ਲਾਗ ਸਿਆਪਾ ਖਾਨਾ ਉਧਰ ਹੋਰ ਹੋ ਜਾਣਾ ਹੁਣ। ਹਾਂ ਉਧਰ ਸਿਆਪਾ ਹੋਰ ਹੋ ਜਾਣਾ ਹੀ ਨੂੰ। ਕੀ ਹੋਣਾ ਉਹ ਸੋਨੂੰ ਕਹਿੰਦਾ ਮੈਨੂੰ ਤੇ ਰੋਟੀ ਤੋਂ ਇਹਨਾਂ ਨੇ ਆਤਰਾ ਕਰ ਦਿੱਤਾ, ਕਹਿੰਦਾ ਮੈਨੂੰ ਕਦੀ ਆਉਂਦੀ ਆ ਕੱਟੀ ਤਰੀਕ ਵਾ ਤੇ ਕਦੀ ਕਿਸ ਤਰ੍ਹਾਂ, ਕਹਿੰਦਾ ਕੱਲ ਮੈਂ ਭੋਗ ਤੋਂ ਖਾ ਗਿਆ ਸਵੇਰ ਦਾ ਮੈਂ ਫੇਰ ਭੁੱਖਾ ਅੱਜ। ਜਾ ਵੇਖ ਲੈ ਰੋਜ਼ ਰੋਟੀ ਖਾਂਦਾ ਹੀ ਉਹ ਤੇ ਹੁਣ ਸਾਡਾ ਝੂਠਾ ਨਾ ਲਾਈ ਜਾਂਦਾ ਦਿੰਦੀਆਂ ਉਹ ਨਹੀਂ ਆ। ਨਹੀਂ ਇੱਕ ਮਿੰਟ ਹੋਣੀ ਆ ਨਾ, ਉਹ ਕਹਿੰਦਾ ਮੇਰੀ ਜ਼ਮੀਨ ਤੇ ਮੈਨੂੰ ਰਿਸ਼ਤਾ ਕਰਾ ਦਿਓ ਤੇ ਮੇਰੀ ਜ਼ਮੀਨ ਮੈਨੂੰ ਦੇ ਦਿਓ, ਮੈਨੂੰ ਘਰ ਬਣਾ ਕੇ ਤੁਸੀਂ ਦਿਓ। ਕਹਿੰਦਾ ਜਦੋਂ ਦਾ ਤੁਸੀਂ ਪੈਰੀ ਖਾਣ ਡੇ ਉਦੋਂ ਦੀ ਤੁਸੀਂ ਕਹਿੰਦਾ ਖਾਣ ਡੇ ਮੇਰੀ ਪੈਰੀ ਨੂੰ, ਤੇ ਮੈਨੂੰ ਇੱਕ ਘਰ ਬਣਾ ਦਿਓ ਤੇ ਰਿਸ਼ਤਾ ਕਰਾ ਦਿਓ, ਜੇ ਕਹਿੰਦਾ ਤੁਸੀਂ ਨਹੀਂ ਕਰਾਉਣਾ ਤੇ ਮੈਂ ਬਾਹਰੋਂ ਕਿਸੇ ਨੂੰ ਦਿੰਦਾ। ਤੁਸੀਂ ਮੇਰੇ ਸਾਬੇ ਸਾਬੇ ਕਰੀ ਜਾਣ ਡੇ ਜੇ ਦੱਸੋ ਪਹਿਣਾ ਕੀ ਤੇਰੇ ਨਾਲ ਤੁਹਾਡੀ ਖਾਣ ਨਾਲ ਕਾਹਦੀ ਸਾਂਝ ਰਹਿ ਗਈ ਆ ਹੁਣ, ਤੈਨੂੰ ਦੱਸੋ ਕਿ ਮੈਂ ਚਾਹ ਨਾ ਸੱਦਣ ਕੇ ਵੀ ਭੋਗ ਵਾਲੇ ਘਰ ਚੱਲੀਏ, ਤੇ ਤੁਸੀਂ ਮਗਰੋਂ ਮੇਰੀ ਨੌਂ ਨਾ ਤੇਰੀ ਦਰਾਣੀ ਨੇ ਕਿਤੇ ਗਾਹ ਗੱਲਾਂ ਕੀਤੇ ਲੜਾਈ ਪਾਈ ਕਿਤੇ ਵਾਧੂ ਦੀ, ਓਦਾਂ ਵੀ ਇਹ ਵੀ 2000 ਵਾਧੂ ਹੀ ਲਾ ਕੇ ਦੱਸਦੀ। ਨਹੀਂ ਮਨਪ੍ਰੀਤ ਦੀਦੀ ਮੈਂ ਇਹਨਾਂ ਨੂੰ ਇੰਨੀ ਚੰਗੀ ਸਮਝੀ, ਤੁਸੀਂ ਕੱਲ ਮੇਰੇ ਖਿਲਾਫ ਕਿੰਨੀਆਂ ਗੱਲਾਂ ਕੀਤੀਆਂ ਸਾਰੀ ਮੈਨੂੰ ਅੰਮ੍ਰਿਤ ਗੱਲ ਦੱਸ ਕੇ ਗਈ ਤੁਹਾਡੇ ਵੱਲੋਂ। ਹਾਏ ਹਾਏ ਫੇਰ ਜੀ ਇਹਨਾਂ ਨੂੰ ਸਮਝ ਨਹੀਂ ਲੱਗਦੀ, ਜੇ ਅੰਮ੍ਰਿਤ ਭੋਲੀ ਆ ਤੇ ਉਹਦੀਆਂ ਗੱਲਾਂ ਤੇ ਯਕੀਨ ਕਰ ਲੈਂਦੀਆਂ ਵਾ। ਭੋਲੀ ਆ ਤੇ ਸੱਚ ਦੱਸਦੀ ਆ, ਨਹੀਂ ਸਮਝਾਉਣਾ ਕੀ ਆ। ਮੈਂ ਕੀ ਕਰਾਂ, ਮੈਂ ਤੇ ਅੱਗੇ ਦੁਖੀ ਹੋ ਗਿਆ। ਤੁਸੀਂ ਤੇ ਦੋ ਜਾਣੀਆਂ ਨੇ, ਮੇਰੀ ਧੀ ਇਕੱਲੀ ਵਿਚਾਰੀ, ਤੁਸੀਂ ਚੰਗਾ ਤੇ ਮਗਰ ਪੈ ਜਾਂਦੀਆਂ ਜੀ ਆਣ ਕੇ। ਚੱਲ ਸ਼ਾਹ ਹੁਣ ਗੱਲ ਹੀ ਛੱਡ, ਤੇ ਦੋਵਾਂ ਨਾਲੋਂ ਘੱਟ ਵਾ। ਚੱਲ ਸ਼ਾਹ ਗੱਲ ਛੱਡੋ, ਬਹਿ ਜਾ ਮਨਪ੍ਰੀਤ, ਤੈਨੂੰ ਮੈਂ ਗੱਲ ਦੱਸਾਂ ਹੁਣ। ਹਾਂਜੀ ਬਹਿ ਜਾ ਬਹਿ ਜਾ। ਉਹ ਸੋਨੂੰ ਹੁਣ ਆਖਣ ਡਿਆ ਵਾ ਵੀ ਮੇਰਾ ਰਿਸ਼ਤਾ ਕਰਾ ਦਿਓ, ਅੱਛਾ, ਤੇ ਮੇਰਾ ਹਿੱਸਾ ਮੈਨੂੰ ਦੇ ਦਿਓ ਤੇ ਮੈਨੂੰ ਘਰ ਬਣਾ ਕੇ ਦਿਓ। ਤੁਸੀਂ ਉਦੋਂ ਕਦੋਂ ਦੀ ਪੈਲੀ ਮੇਰੀ ਖਾਣ ਡਏ ਤੁਸੀਂ? ਅੱਛਾ, ਤੇ ਉਹਦਾ ਜੇ ਤੁਸੀਂ ਨਹੀਂ ਕਰਾਉਣਾ ਤੇ ਮੈਂ ਬਾਹਰ ਕਿਸੇ ਨੂੰ ਕਹਿ ਦੇਣਾ ਉਹਨੂੰ 100 ਰਿਸ਼ਤੇ ਕਰਾਉਣ ਵਾਲੇ, ਕਿਉਂਕਿ ਉਹ ਬਰਾਬਰ ਦਾ ਹੱਕਦਾਰ ਆ ਪੈਲੀ ਦਾ, ਤੇ ਨਾਲੇ ਪੈਲੀ ਜਾਣੀ ਜੇ ਤੇ ਨਾਲੇ ਉਹ ਬੰਦਾ ਜਾਣਾ ਜੇ ਇੱਥੋਂ। ਉਹ ਵੀ ਅੱਟ ਕਰਦਾ ਵਾ, ਰੋਟੀਆਂ ਕਿਉਂ ਨਹੀਂ ਖਾਂਦਾ, ਇੱਥੇ ਮੇਰੇ ਮੂੰਹ ਤੇ ਹੋਵੇ ਹਾਂ ਭਲਾ ਕੀ ਖਾ ਕੇ ਜਾਂਦਾ ਵਾ ਇਹ, ਤੇ ਮੇਰੇ ਮੂੰਹ ਤੇ ਕਿਦਾਂ ਵੀ ਜੇ ਨਹੀਂ ਦੇਣੀ ਉਹਨੂੰ 31 ਤਰੀਕ ਨੂੰ, ਤੁਸੀਂ ਮੈਨੂੰ ਸ਼ਾਮਾਂ ਨੂੰ ਦੱਸ ਦੇ। ਮਨਪ੍ਰੀਤ ਦੀਦੀ ਰੋਜ਼ ਸ਼ਾਮਾਂ ਨੂੰ ਦੁੱਧ ਉਹ ਪੀਂਦਾ, ਰੋਟੀ ਨੇ ਇਹਨੂੰ ਦਹੀਂ ਦੇਈਦਾ, ਉਦਾਂ ਇਹਨੂੰ ਵੱਧ ਗੱਲਾਂ ਹੁੰਦੀਆਂ, ਖਾ ਕੇ ਵੀ ਇਹ ਨਾ ਨਹੀਂ ਕਰਦਾ ਏ। ਚਲੋ ਕੰਮ ਵੀ ਕਰਦਾ, ਇੱਕ ਮਿੰਟ ਹੋਰ ਵੀ ਹੈ ਨਾ, ਇਹ ਥੋੜੀ ਗੱਲ ਆ ਜੇ ਉਹ ਖਾਂਦਾ ਵਾ ਤੇ ਉਹਨੇ ਇਹ ਥੋੜਾ ਕਹਿਣਾ ਵੀ ਮੈਂ ਨਹੀਂ ਖਾਂਦਾ, ਮੈਨੂੰ ਲੱਗਦਾ ਵੀ ਤੁਹਾਡੇ 'ਚ ਹੈਗਾ ਕਾਲਾ ਮਾੜਾ ਜ਼ਰੂਰ ਵਾ, ਇਹ ਐਵੇਂ ਨਹੀਂ ਉਹ ਗੱਲਾਂ ਕਰਦਾ। ਇਹਨਾਂ ਨੂੰ ਦੁੱਧ ਵਿਚਾਰੀਆਂ ਵਿਚਾਰੀਆਂ ਕਹਿ ਦਿੰਦੇ, ਸੱਸ ਜੂ ਮਰ ਗਈ ਆ, ਮੈਂ ਦੇਖਦੀ ਜੂ ਇਹਨਾਂ ਨੂੰ, ਇਹਨਾਂ ਨੇ ਮੈਨੂੰ ਲੈ ਕੇ ਬਹਿਣਾ ਵਾ, ਹੋਰ ਨਹੀਂ ਗੱਲ ਕੋਈ। ਇੱਕ ਮਿੰਟ ਹੋਰ ਵਾ, ਨਹੀਂ ਅਸੀਂ ਤੇ ਤੁਹਾਡੀ ਉਮਰ ਦੀਆਂ ਕਰਦੇ ਰਹਿੰਦੇ ਆ, ਦੱਸਾਂ ਬਾਹਰ ਲੋਕ ਕਰਨੀ ਆ, ਲੋਕਾਂ ਨੇ ਕਹਿਣਾ ਉਹਦੀ ਹਿੱਸਾ ਕਰਨ, ਲੋਕਾਂ ਨੇ ਸਾਨੂੰ ਜੀ ਇੰਨੀ ਦੇਣਾ ਵੀ ਉਦਾਂ ਦਾ ਹਿੱਸਾ ਖਾਣ ਡੇ ਉਹਦਾ। ਨਹੀਂ ਤੇ ਓਦਾਂ ਹੀ ਹੈ ਨਾ, ਇੱਕ ਦੂਜੇ ਵੱਲ ਜਾ ਕੇ ਗੱਲਾਂ ਕਰਦੀ ਰਹਿੰਦੀਆਂ, ਇਹ ਤੇ ਇਹ ਮੈਨੂੰ ਸ਼ਾਮਾਂ ਨੂੰ ਦੱਸ ਦਿੰਦੀਆਂ ਵੀ ਮਨਪ੍ਰੀਤ ਅਸੀਂ ਨੀ ਰੋਟੀ ਖਵਾਉਣੀ ਉਹਨੂੰ, ਤੇ ਮੈਂ ਸਵੇਰੇ ਉਹਦਾ ਵੀ ਆਟਾ ਪਾ ਦਿੰਦੀ ਯਾਰ। ਇੱਕ ਰੋਟੀਓ ਮਹਿੰਗਾ ਵਾ ਬੰਦਾ, ਜੇ ਸਾਡੇ ਘਰ ਹੋਰ ਜੀ ਹੁੰਦੇ ਤੇ ਫਿਰ, ਤੇ ਜਦੋਂ ਨਹੀਂ ਡੈਡੀ ਜੀ ਉਹ ਵੰਡਿਆ ਵਾ ਵੀ ਮਹੀਨਾ ਉਹਨੇ ਇੱਧਰ ਖਾਣੀ ਮਹੀਨਾ ਇੱਧਰ ਖਾਣੀ, ਸਾਡੇ ਵੱਲ 30 ਦਿਨ ਹੋ ਗਏ ਸੀ ਨਾ ਉਹਦੇ ਪੂਰੇ, ਫਿਰ ਆਪਾਂ ਕਿਉਂ ਰੋਟੀ ਲਾ ਕੇ ਦਈਏ ਉਹਦੀ? ਵੱਧ ਵੱਧ ਵੱਡ ਹੋ ਗਿਆ ਰਿਸ਼ਤਾ, ਉਹਨੂੰ ਕਿੰਨੇ ਕਰਨਾ ਵਾ? ਕਰਨ ਵਾਲਿਆਂ ਨੇ ਕਰ ਦੇਣਾ, ਪੈਲੀ ਨੂੰ ਕਰਨਾ ਵਾ, ਜ਼ਮੀਨ ਵਾ। ਦੱਸ ਮੈਨੂੰ ਗੱਲ ਤੇ ਦੱਸ ਦਿੱਤੀ ਆ ਨਾ, ਉਹ ਜ਼ਮੀਨ ਵੀ ਜਾਂਦੀ ਰਹਿਣੀ ਆ। ਜਦੋਂ ਪੁੱਤੋਂ ਵਿਆਹ ਆ ਗਿਆ ਉਹਦਾ ਘਰ ਵੱਖਰਾ ਹੋ ਗਿਆ, ਉਹਨੇ ਆਪਣਾ ਹਿੱਸਾ ਲੈਣਾ ਨੀ ਗਾ, ਬਰਾਬਰ ਦਾ ਹਿੱਸੇਦਾਰ ਹੋ ਵੀ ਕਰੋ।
सोनू ने उधर चाचे नूं कहा कि मेरा जां व्याह करवा दो जां मेरा हिस्सा छड दो फिर ना हो इनू वाले किन्नू देने बुड्ढे नूं भला कुड़ी खराब हो गया किन्ना देन नूं बड़िया ने दे देनी है बराबर दा हिस्सेदार वा जिदा साडे रिश्ते हो गए इदा ही ओहदा भी फट के इत्थे हो जाणा वा आहो तो फिर पहले नूं ही होना ओहनूं थोड़ी होना वा होना तो पहले नूं ही आ फिर नहीं हैगा तो वी बेचारा चंगा ही आ है ते चंगा पर उम्र ते हुण दीदी ओहदी किन्नी हो गई आ बथेरा कई कुड़ियां भी इदा दियां हुंदियां ते गल वेख तू जे ओहदा हिस्सा निकल गया ना जिन्नी साडी आमदन वा किन्नी घट जाणी विचों रोटी पानी दिया करो ते नाल उहदे कपड़े कपड़े भी धोया करो ते हुण वेख ला तू की करना ही ते करना ही पैणा फिर होर की करना मैं तो हुण कहता वा चाचे नूं भी कोई नहीं हुण इहनां नूं पता की कहो फिर इहनां नूं कहो भी महीने वाला काम छड्डो छे महीने तुसीं रखो ते छे महीने जिहड़ा 31 तरीक दा रौला पैंदा नाले भी पैणा हट जूगा ते किहने फिर तैनूं पता विच गर्मियां सालां दा भी पंगा रहना ना ते जे साडे वाली गर्मियां जाणगे इक गर्मी इह रखण हुण सियाल आपां हुण तों शुरू कर लैंदे आं आपां सियाल रख लैणे गर्मियां आपे उह भुगतौणगे फिर सियाल साडे वल चल ये तो फिर वेख लैने ओहो ते गल वा मैं गर्मी वाल है ना साडे वाली कहो अहीं दे दिंदे रोटी ते तुसीं अगले छे महीने दे दिओ छे महीने अहीं ला दिंदे ते वेला कपड़े फिर ओहदे भारे भी धोने पैणे आ फिर ना चिड़ चिड़ करी कोई मशीन च सुट दिया करांगे गेड़ा जो सारे कपड़े धो के एंड ते ओहदे सुट दे चल वेख लैने ऐदा ही कर लैने आहो अपने धो के मुड़ केड़ा सर्फ रह गया ओहदे विच सुट दिया करांगे धुप जाणगे नहीं तो उन्हें कहोंगे आपे धो लिया करूगा मशीन च धोने उत्थे की आ ते मैं तेरे नाल तां गल करन दी आ कि मैं जिवें ना ना कीती ते अपने वल्लों हां कर आई फिर तू कहना मैनू कड़ी सलाह कीती मैनू कड़ी सलाह कीती चलो ओह ते तुसीं सलाह कर ले चल चंगा होया इहनूं कहोंगे आपे धो लूगा धो ही लैणे उहदे मशीन च धोने उत्थे की आ ते फिर अगले ने कहना मैनूं कपड़े धोण दी तंगी हुंदी आ ते वोटी लिया के दो नहीं आंदा कई वारी कहता कई वारी धोते के वेला मेनू नहीं पता हूं आंदे आ ना बंदे ज्यादा गैरी रहा वा मेरा तो बंदा फिर काम करता रहा वा मैं सारा काम तो मुंडे का कर दिया वा मैं तो ओनू कहा जे जाना कि सू भी खड़ा कर आप कला तुर पा जेठ वाल ही वेख होया रहा ना मिट्टी ना मिट्टी दो गैरी कितने टिप टॉप हो के तुरै रहा ए सिर ते ही शकीनियां पूरी होंदिया फिर तू मना कर दी भी नहीं मैं कपड़े भी नहीं धोने नहीं जो गैरी आंदा पांड करके बैग भर के भी तो धोनी है नहीं धो लागे कोई नहीं हूँ की करना कौड़ा कुट भरने पैना पहले के बदले धो लागे तो अमृत ने जाके उधर दस दतिया ही गल सारिया दो रुपये चल गई ਉਹ ਮੈਂ ਤੇ ਬਾਹਰ ਚੱਲੀ ਸੀ ਕੱਪੜੇ ਸੁੱਕਣੇ ਪਾਉਣ ਤੇ ਉਹ ਵਿਹੜੇ ਚ ਬਹਿ ਕੇ ਡਈ ਬੋਲਣ ਮੈਂ ਤੇ ਉੱਥੇ ਬੈਠੀ ਸੋਫੇ ਤੇ ਆਪੇ ਆਈ ਮੇਰੇ ਕੋਲ ਭਾਬੀ ਦੱਸਣ ਫਿਰ ਮੈਨੂੰ ਗੁੱਸਾ ਚੜਿਆ ਤੇ ਮੈਂ ਕੀ ਕਰਾਂ ਇਹ ਕੁੜੀ ਦਾ ਮੈਂ ਅੰਦਰ ਬਾਹਰ ਵੜਦੀ ਹਾਂ ਸਮਝਾਉਂਦੀ ਰਹਿਣੀ ਪਰ ਇਹ ਕਿੱਥੋਂ ਸਮਝਦੀ ਇੱਧਰ ਦੀ ਉੱਧਰ ਦੀ ਆਪਣੇ ਆਪ ਵਿੱਚ ਲਾਕ ਸਮਝਦੀ ਪਰ ਇਹ ਨੀ ਪਤਾ ਵੀ ਮੈਂ ਭੋਲੀ ਹਾਂ ਸਿੱਧੀ ਗੱਲ ਮੂੰਹ ਤੇ ਮਾਰਦੀ ਜਾ ਕੇ ਅਗਲੇ ਦਿਨ ਮੈਨੂੰ ਤੇ ਇਹ ਟੈਨਸ਼ਨ ਲੱਗੀ ਆ ਵੀ ਵੀਰੇ ਦਾ ਕਹਿ ਦਿੰਦਾ ਵਿਆਹ ਦੀ ਇਹਨੂੰ ਨਾ ਹਾਲੇ ਨੀ ਵਿਆਹਣ ਵਾਲੀ ਹੋਈ ਤੇ ਲੋਕੀ ਵੀ ਸੋਹਣੀ ਵੇਖ ਕੇ ਰਿਸ਼ਤੇ ਦਾ ਰਿਸ਼ਤਾ ਆ ਜਾਂਦਾ ਉੱਥੇ ਭੋਗਦੇ ਗਈ ਉੱਥੇ ਪੁੱਛੀ ਜਾਣ ਨੀ ਨਣਾਉਂਦਾ ਨੀ ਕਰਨਾ ਨੀ ਨਣਾਉਂਦਾ ਨੀ ਕਰਨਾ ਮੈਂ ਕਿਹਾ ਨਹੀਂ ਕਹਿੰਦੇ ਤੁਸੀਂ ਕਿਹੜਾ ਨੂੰ ਪੜ੍ਹਾਉਣ ਡੇ ਆ ਮੈਂ ਕੋਈ ਨੀ ਅਸੀਂ ਘਰ ਦਾ ਕੰਮ ਸਿਖਾ ਲੈਂਦੇ ਹਾਂ ਨਹੀਂ ਰਿਸ਼ਤਾ ਕਰਕੇ ਕਰਨਾ ਹੁਣੇ ਕੱਲ੍ਹ ਨੂੰ ਬੈਗ ਚੁੱਕ ਕੇ ਤੇ ਆ ਜੇ ਮੁੜੀਆਂ ਦੋਵਾਂ ਨੇ ਮੱਤ ਨਹੀਂ ਦਿੱਤੀ ਮਾਂ ਨਹੀਂ ਹੈਗੀ ਤੇ ਤੋ ਤੇ ਸਾਰੇ ਮੈਂ ਉਹਨੂੰ ਹਰ ਪਾਸੇ ਢੱਕਣ ਢੱਕਦੀ ਫਿਰਦੀ ਹਾਂ ਕੀ ਕਰਾਂ ਮੈਂ ਦੱਸ ਮੈਂ ਕਦੇ ਸੋਚਿਆ ਨਹੀਂ ਮੈਂ ਉਹਦੇ ਸੁੱਖ ਨਾਲ ਗਈ ਗੱਲ ਕਰੇ ਸੁੱਖ ਦੀਦੀ ਨਾ ਚਾਚੀ ਨੇ ਇਦਾਂ ਕਹਿ ਅੱਗੋਂ ਮੈਨੂੰ ਪਤਾ ਕਹਿੰਦੀ ਜਾਂ ਭਾਬੀ ਘਰ ਜਾ ਮੈਂ ਆਪਣੀ ਗੱਲ ਸਾਂਭ ਲੂੰਗੀ ਇਹਨੇ ਗੱਲ ਸਾਂਭਣੀ ਕਿ ਵਧਾਉਣੀ ਨਹੀਂ ਉੱਥੇ
ਚੱਲ ਨੀ ਉਹਦਾ ਵੀ ਨੀ ਵਸ ਹੈਗਾ ਵਿਚਾਰੀ ਦਾ, ਉਹਨੇ ਰੱਬ ਨੇ ਬਣਾਈ ਨੀ ਇੱਦਾਂ ਦੀ ਹੈ। ਥੋੜੀ ਚੁਸਤੀ ਚਲਾਕੀ ਅੱਜ ਕੱਲ੍ਹ ਨਾ ਬੱਚੇ ਚ ਹੋਣੀ ਚਾਹੀਦੀ ਹੈ, ਫੇਰ ਹੀ ਵਾਰਾ ਸਾਰਾ ਲਿਆ ਜਾਂਦਾ ਵਾ। ਪਤਾ ਨੀ ਇਹਨੂੰ ਘਰੇ ਘਰੋਂ ਬਾਹਰ ਹੀ ਨੀ ਕੱਢਿਆ ਰਹਿਣੇ ਘਰੇ। ਮੈਂ ਤਾਂ ਇਹ ਕਹਿੰਦੀ ਹਾਂ ਵੀ ਸਹੁਰੇ ਚੱਜ ਦੇ ਮਿਲ ਜਾਣ ਕੁੜੀ ਨੂੰ ਤਾਂ ਵੀ ਆ। ਚੱਲ ਮੈਂ ਵੇਖਾਂ ਕਿੱਧਰ ਨੂੰ ਨਿਕਲੀ ਆ, ਕਿਤੇ ਹੋਰ ਨਾ ਹੋਵੇ, ਹੋਰ ਕੇ ਪਾਸੇ ਲਾ ਆਵੇ। ਉਹਨੂੰ ਇੰਨਾ ਨੀ ਪਤਾ ਲੱਗਦਾ ਵੀ ਇਹਨੂੰ ਚੁਗਲੀ ਕਹਿ ਦਿੰਦੇ ਆ ਲੋਕੀ। ਅੱਗੋਂ ਪਤਾ ਕੀ ਕਹਿੰਦੀ, ਮੈਂ ਤਾਂ ਕੁਝ ਕਿਹਾ ਹੀ ਨੀ, ਮੈਂ ਲੜਾਈ ਵਾਲੀ ਗੱਲ ਥੋੜੀ ਕੀਤੀ। ਤੁਸੀਂ ਲੜਾਈ ਬੜੀ ਵਾਰੀ ਕਿਹਾ, ਮੈਂ ਕਿਹਾ ਘਰ ਦੀ ਗੱਲ ਘਰੇ ਰੱਖੀ ਦੀ ਹੁੰਦੀ ਆ, ਤੇ ਉਹ ਕਹਿ ਦਿੰਦੀ ਮੈਂ ਕਿਹੜਾ ਕੇਟੋ ਬਾਹਰ ਜਾਣ ਨੀ ਆ, ਇੱਧਰ ਦੀ ਉੱਧਰ ਕਰ ਦਿੰਦੀ, ਉੱਧਰ ਦੀ ਇੱਧਰ ਕਰ। ਚੱਲ ਮੈਂ ਵੇਖਦੀ ਹਾਂ। ਮੈਨੂੰ ਲੱਭਣ ਚੱਲੀ ਆ, ਮੈਂ ਤਾਂ ਇੱਥੇ ਬੈਠੀ ਹਾਂ, ਕੋਈ ਗੱਲ ਨਹੀਂ ਚੱਲ ਜਾ। ਅੱਛਾ ਮੈਂ ਤਾਂ ਫਿਰ ਸਾਰੀਆਂ ਗੱਲਾਂ ਸੁਣ ਲਈਆਂ ਵਾਂ, ਹੁਣ ਸੁਣ ਵੀਰ ਇੱਦਾਂ ਕਹਿਣ ਤਾਂ ਹੁਣ ਵੇਖ ਕਿੱਦਾਂ ਡਰੀਆਂ ਫਿਰਦੀਆਂ ਹੀ ਆ, ਮੈਨੂੰ ਵਿੱਚ ਬਹੁਤੀ ਗੱਲ ਕਰਿਆ ਕਰਨਗੀਆਂ ਨਾ।